ਤੁਸੀਂ ਆਪ ਦਾ এনवायरमेंट ਗੰਦਾ ਰੱਖ ਕਰਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਸਾਨੂੰ ਜਾਗਣਾ ਚਾਹੀਦਾ ਬਾਬੇ ਨਾਨਕ ਨੇ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਇਹ ਵਧੀਆ ਗੱਲ ਨਹੀਂ ਸਾਨੂੰ ਇਹਦੇ ਉੱਤੇ ਮੋਰੀ ਬਣਨਾ ਚਾਹੀਦਾ ਤਾਂ ਹੀ ਅਸੀਂ ਬਾਬੇ ਨਾਨਕ ਦੇ ਸਿੱਖ ਤਾਂ ਹੀ ਅਸੀਂ ਰੋਜ਼ ਪੜਦੇ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਜੀ ਪੰਜਾਬ ਦੇ ਪਾਣੀਆਂ ਦੀ ਹੁਣ ਦਸ਼ਾ ਕੀ ਹੈ ਅੱਗੇ ਨਾਲੋਂ ਕਿੰਨਾ ਕੁ ਸੁਧਾਰ ਹੋ ਰਿਹਾ ਸਾਰੀਆਂ ਚੀਜ਼ਾਂ ਦਾ ਪਾਣੀਆਂ ਇਹਦਾ ਟੀਡੀਐਸ ਟੀਡੀਐਸ ਫੇਰ ਦੇਖ ਲਓ ਪਹਿਲਾਂ ਕਿ ਬਿਲ ਹੁਣ ਇਹਦਾ ਟੀਡੀਐਸ ਦੇਖ ਲਓ वादा किया मोदी साहब ने भी वादा किया इना ही पोल्यूशन घटावांगे ਉਹ ਕਿਸੇ ਮੋਦੀ ਸਾਹਿਬ ਦੀ ਕੋਠੀ ਦੇ ਵਿੱਚ ਇਹੋ ਜਿਹਾ ਸੋਚਣੀ ਵੀ ਉਹਨੂੰ ਐ ਕਰ ਦੇਣਗੇ ਤੇ ਉਹਦੇ ਨਾਲ ਹੱਲ ਹੋਣਾ ਵਿਸ਼ੇਸ਼ ਤੌਰ ਤੇ ਪਿੱਛੇ ਜੇ ਐਲਾਨ ਵੀ ਕਰ ਰਹੇ ਸੀ ਸਕੀਮਾਂ ਬਣ ਰਹੀਆਂ ਸੀ ਕਿ ਸੀਚਲ ਮਾਡਲ ਅਸੀਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਲਾਗੂ ਕਰਨਾ ਹੈ ਜਦੋਂ ਕਿਉਂਕਿ ਜਿਸ ਤੇ ਬੇਈ ਦੇ ਕੰਡੇ ਆਣ ਕੇ ਉਹਨਾਂ ਕੋਲ ਦਾਤਾ ਮੰਗਦੇ ਅਰਦਾਸ ਕਰਦੇ ਬਿਲਕੁਲ ਤੇ ਜੇ ਅਸੀਂ ਇਹਦੇ ਵਿੱਚ ਆ ਕੇ ਕੂੜਾ ਛੱਡਾਂਗੇ ਤਾਂ ਬਾਬੂ ਜਬੜੇ ਮਾਰੂਗਾ ਕਿ ਹਾਰ ਪਾਊਗਾ ਬਿਲਕੁਲ सत श्री अकाल देश प्रदेश टीवी देख रहे हो मैं हाँ अमरीक टुरना असं सुल्तानपुर लोधी पहुँचे हुए हाँ पवित्र काली वेई दे विच इस वेले तो जो सुल्तानपुर लोधी का नाम आता है पवित्र काली वेई का नाम आता है तो इहदी नुहार बदलन च संत बलबीर सिंह सीचेवाल होना का बड़ा वड्डा योगदान है तो साढ़े नाल ने संत बलबीर सिंह सीचेवाल होनी सत श्री अकाल बाबा जी सत श्री अकाल जी और ठीक हो जी बड़ा वधिया जी धन्यवाद पहला का टाइम देने लई भी टाइम निकलिया धन्यवाद थोड़ा सारयां दा सारे स्रोतियां नूं दर्शकां नूं प्यार भरी सत श्री अकाल ते किवें दीआं तैयारियां जी क्योंकि 550 सालां ते तैयारियां कुछ होर तरह दीआं सीगीआं आ जदों हुण करोना तो बाद दे विच आपां पहली वार फिर मना रहे हां 552वां इस बार तैयारियां किवें दीआं तैयारियां उस वेले भी फुल सी तैयारियां पिछले साल भी फुल सी तैयारियां हुण भी फुल जी जो जी आवे सो राजी जावे समागम भी चल रहे लंगर प्रसाद चल रहा नगर कीर्तन चल रहा एनवायरमेंट का होका दे रहे हैं पिंड पिंड जाके घर घर जाके सो सारे वास्ते भी जेड़ा भी कोई इतने आके रहना चाहता ओनू कोई नए इंतजाम तो ही बैठे हम जी साढ़े ने जो संपर्क करना बाबा जी ये बड़ी वड्डी गल है मैं काफ़ी कई सालों तो तुहाडे नाल जुड़िया वेखदा रहना ਵੀ ਜਦੋਂ ਤੁਸੀਂ ਗੁਰਪੁਰਬ ਦੇ ਨਗਰ ਕੀਰਤਨ ਵੀ ਕੱਢਦੇ ਹੋ ਬਾਬੇ ਨਾਨਕ ਦੀ ਮਹਿਮਾ ਤਾਂ ਗਾਉਣੀ ਗਾਉਣੀ ਆ ਨਾਲ ਵਾਤਾਵਰਨ ਦੇ ਵੀ ਤੁਸੀਂ ਸ਼ਬਦ ਗਾਉਂਦੇ ਹੋ ਲੋਕਾਂ ਨੂੰ ਜਾਗਰੂਕ ਕਰਦੇ ਹੋ ਇਹ ਬੜੀ ਵੱਡੀ ਗੱਲ ਹੈ ਨਹੀਂ ਬਾਬੇ ਦੇ ਸ਼ਬਦ ਹੈ ਹੀ ਇਨਵਾਇਰਮੈਂਟ ਨੂੰ ਜਗਾਉਣ ਵਾਲੇ ਤੇ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਵਿਸ਼ਵ ਦੀ ਸਮੱਸਿਆ ਜੀ ਜਿਹਦੇ ਵਾਸਤੇ 200 ਤੋਂ ਵੱਧ ਦੇਸ਼ ਮੁਲਕ ਨੇ ਵਾਅਦਾ ਕੀਤਾ ਜੀ ਵੀ ਮੋਦੀ ਸਾਹਿਬ ਨੇ ਵੀ ਵਾਅਦਾ ਕੀਤਾ ਕਿ ਇੰਨਾ ਹੀ ਪੋਲਿਊਸ਼ਨ ਘਟਾਵਾਂਗੇ ਉਹ ਕਿਸੇ ਮੋਦੀ ਸਾਹਿਬ ਦੀ ਕੋਠੀ ਦੇ ਵਿੱਚ ਇਹੋ ਜਿਹਾ ਸੋਚਣੀ ਵੀ ਉਹਨੂੰ ਐਂ ਕਰ ਦੇਣਗੇ ਤਾਂ ਉਹਦੇ ਨਾਲ ਹੱਲ ਹੋਣਾ ਉਹ ਅਸਲ ਤਾਂ ਹੀ ਹੱਲ ਹੋਊਗਾ ਜੇ ਅਸੀਂ ਸਮਝਾਂਗੇ ਜੀ ਬਿਲਕੁਲ ਜਿਹੜਾ ਖਤਰਾ ਵਾ ਉਹ ਵਿਸ਼ਵ ਵਾਸਤੇ ਉਹ ਸਹੀ ਹੈ ਜੋ ਅਨਾਲਿਸਿਸ ਦੱਸਦੇ ਆ ਵਿਗਿਆਨਕਾਂ ਦੇ ਵੀ ਇਹ ਜਿੱਦਾਂ ਅੱਗੇ ਕਹਿੰਦੇ ਉਹਦੇ ਵੀ ਭਾਰੀ ਆ ਜੀ ਅੱਗੇ ਤੇ ਉਹ ਕਹਿੰਦੇ ਵੀ ਕੋਈ ਦੈਵੀ ਸ਼ਕਤੀ ਕਰੂਗੀ ਹੁਣ ਉਹ ਕਹਿੰਦੇ ਵੀ ਤੁਹਾਡੀਆਂ ਗਲਤੀਆਂ ਤੁਹਾਨੂੰ ਜੀ ਹਿਲਾ ਸਕਦੀਆਂ ਤੁਹਾਡੀਆਂ ਗਲਤੀਆਂ ਤੁਹਾਨੂੰ ਹਿਲਾ ਸਕਦੀਆਂ ਤੁਹਾਡੇ ਇਹੋ ਜਿਹੇ ਪਰਿਵਰਤਨ ਆ ਸਕਦੇ ਆ ਜਿਹੜੇ ਹੋ ਸਕਦਾ ਕਿ ਤੁਸੀਂ ਚੱਲਣ ਦੇ ਸਮਰੱਥ ਨਾ ਹੋਵੋ ਸੋ ਉਹਦੇ ਵਾਸਤੇ ਸਾਨੂੰ ਜਾਗਣਾ ਚਾਹੀਦਾ ਬਾਬੇ ਨਾਨਕ ਨੇ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਬਿਲਕੁਲ ਤੇ ਸਾਨੂੰ ਸਾਰਿਆਂ ਤੋਂ ਮੋਹਰੇ ਹਾਕਮ ਹੋ ਕੇ ਆਉਣਾ ਚਾਹੀਦਾ ਉਹਦੇ ਵਾਸਤੇ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ ਜਿੰਨੇ ਅੰਗਰੂ ਜਗਾ ਸਕੀਏ ਬਾਕੀ ਤਾਂ ਵਾਹਿਗੁਰੂ ਆਦਾ ਜੇ ਰੱਬ ਦੇ ਸਵਾਏ ਆ ਉਹਨਾਂ ਨੂੰ ਤਾਂ ਅਸੀਂ ਜਗਾ ਨਹੀਂ ਸਕਦੇ ਜੀ ਪਰ ਮਾੜਾ ਮੋਟਾ ਹੋਕਾ ਤਾਂ ਮਾਰ ਸਕਦੇ ਹੋ ਸਕਦਾ ਕਿ ਕੋਈ ਸੁਣ ਲਓ ਵੈਸੇ ਜਦੋਂ ਦੀ ਕਿਸਾਨਾਂ ਨੇ ਕੇਂਦਰ ਦੇ ਖਿਲਾਫ ਮੋਰਚਾ ਖੋਲ੍ਹਿਆ ਆ 1-2 ਸਾਲਾਂ ਦਾ ਮਤਲਬ ਸਾਲ ਤਾਂ ਹੁਣ ਹੋ ਗਿਆ ਮੋਰਚਾ ਲੱਗੇ ਨੂੰ ਇਹਦੇ 'ਚ ਅੱਗਾਂ ਵਾਲਾ ਫਿਰ ਟ੍ਰੈਂਡ ਵਾਪਸ ਆ ਰਿਹਾ ਜੀ ਨਾੜ ਨੂੰ ਅੱਗ ਲਾ ਲਈ ਜਾਂ ਪਿਛਲੇ ਸਾਲ ਨਾਲੋਂ ਘਟਿਆ ਤੁਸੀਂ ਅੰਕੜੇ ਦੇਖੋਗੇ ਨਾ ਜੀ ਪਿਛਲੇ ਸਾਲਾਂ ਨੂੰ ਹੋਰ ਘਟਿਆ
ਹੁਣ ਅੱਗੇ ਕੱਢਿਆ ਸੀਗਾ ਵੀ ਇਸ ਤਰ੍ਹਾਂ ਵੀ ਅਸੀਂ ਲੱਗ ਆ ਲਾਉਂਦੇ ਹਾਂ ਤੇ ਅਸੀਂ ਹਟਾਉਂਦੇ ਹਾਂ ਸਰਕਾਰ ਪ੍ਰਸ਼ਾਸਨ ਐਤਕੀ ਉਹ ਜਿਹੜੇ ਲੋਕ ਸਮਝਣ ਵਾਲੇ ਸੀ ਉਹ ਸਾਨੂੰ ਸਮਝ ਗਿਆ ਵੀ ਅੱਗ ਲਾਉਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੁਣ ਉਹਨੂੰ ਜਿਸ ਤਰ੍ਹਾਂ ਸੁਪਰ ਸੀਡਰ ਆ ਗਈ ਆ ਇੰਨੀ ਵਧੀਆ ਉਹਦੇ ਨਾਲ ਬਿਜਾਈ ਹੁੰਦੀ ਹੈ ਵੀ ਇੱਕੋ ਵਾਰੀ ਬਿਜਾਈ ਇਹ ਤੋਂ ਘੱਟ ਖਰਚਾ ਜ਼ਿਮੀਦਾਰ ਦਾ ਕੀ ਹੋ ਸਕਦਾ ਅੱਗੇ ਹੈਵੀ ਸੀਡਰ ਥੋੜ੍ਹਾ ਸੀਗਾ ਹੁਣ ਸੁਪਰ ਸੀਡਰ ਨੇ ਤਾਂ ਹੋਰ ਵੀ ਵਧੀਆ ਹੋ ਗਿਆ ਸੋ ਇਹਦੇ ਵਾਸਤੇ ਜਿਹੜੇ ਆਲੂ ਲਾਉਣੇ ਆ ਉਹ ਦੁਆਬੇ ਵਿੱਚ ਅਸੀਂ ਦੇਖਿਆ ਕੋਈ ਵੀ ਅੱਗ ਨਹੀਂ ਲਾਉਂਦਾ ਤੇ ਕਈ ਵਾਰ ਹੁੰਦਾ ਨਾ ਕੁਛ ਲੋਕ ਕਹਿੰਦੇ ਲਾਓ ਕੋਈ ਤੁਹਾਨੂੰ ਕੌਣ ਡੱਕੂਗਾ ਕੌਣ ਰੋਕੂਗਾ ਬਿਲਕੁਲ ਅਸੀਂ ਤਾਂ ਕੱਲ ਵੀ ਨਗਰ ਕੀਰਤਨ ਦੇ ਹੱਥ ਜੋੜੇ ਸੀ ਭਾਈ ਤੁਹਾਨੂੰ ਡੱਕਣ ਵਾਲਾ ਕੋਈ ਨੀ ਤੁਸੀਂ ਲਾ ਸਕਦੇ ਹੋ ਪਰ ਏਦਾਂ ਨਾ ਲਾ ਕਰੋ ਜਦੋਂ ਲਾ ਦਿੰਦੇ ਹਾਂ ਕਈ ਵਾਰ ਐਕਸੀਡੈਂਟ ਹੁੰਦੇ ਆ ਹਵਾ ਦੇਖ ਲਿਆ ਕਰੋ ਬਾਕੀ ਜਿਹੜੇ ਹੈਗਾ ਵਾ ਜੇ ਲਾਵਾਂਗੇ ਤਾਂ ਅਸੀਂ ਨੀ ਕਹਿੰਦੇ ਵੀ ਤੁਹਾਡੀ ਹੋਈ ਅੱਗ ਲਾ ਲੱਗੀ ਅੱਗ ਨਾ ਦਿੱਲੀ ਦੀਆਂ ਨਾਸਾਂ ਬੰਦ ਹੋਣਗੀਆਂ ਜਾਂ ਮੋਦੀ ਦੀਆਂ ਤੁਹਾਡੀਆਂ ਆਪਣੀਆਂ ਤੇ ਤੁਹਾਡੇ ਆਪਣਿਆਂ ਦੀਆਂ ਹੀ ਪਹਿਲਾਂ ਹੋਣੀਆਂ ਸੋ ਇਸ ਵਾਸਤੇ ਅਸੀਂ ਅੱਗ ਇਸ ਕਰਕੇ ਨੀ ਲਾਉਣੀ ਕਿ ਸਾਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਹਵਾ ਪਾਣੀ ਧਰਤੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਤੇਗਾ ਸਿੰਘ ਹੋਣਾ ਦੀ ਬੜੀ ਵਧੀਆ ਤੁਸੀਂ ਉਦਾਹਰਨ ਦੇ ਰਹੇ ਸੀ ਕਿ ਉਹ ਬਹੁਤ ਕਮਾਲ ਲੱਗੀ ਵੀ ਉਹਨਾਂ ਦੀ ਮੱਕੀ ਸ਼ਾਇਦ ਤੁਸੀਂ ਦੱਸ ਰਹੇ ਸੀ ਵੀ ਏਡੀ ਏਡੀ ਲੰਬੀ ਗਈ ਉਹਨਾਂ ਨੇ ਆਪ ਕਿਉਂਕਿ ਜਦੋਂ ਦਾ ਅਵਤਾਰ ਰੇਡੀਓ ਸ਼ੁਰੂ ਕੀਤਾ ਜੀ ਉਹਦੇ ਵਿੱਚ ਹਰ ਘਰਾਂ ਬੈਠੇ ਹੋਏ ਰੇਡੀਓ ਚੱਲਦਾ ਬੜੀ ਚੇਤਨਤਾ ਆਈ ਜੀ ਸੋ ਉਹਨਾਂ ਨੇ ਜਿਹੜੇ ਇਨਵਾਇਰਮੈਂਟ ਨਾਲ ਜੁੜੇ ਹੋਏ ਸਾਰਾ ਪਰਿਵਾਰ ਤੇ ਉਹਨਾਂ ਨੇ ਆਪ ਦੱਸਦੇ ਕਿ ਜਦੋਂ ਅਸੀਂ ਸਾਡੀ ਇੱਕ ਚੇਂਜ ਪਹਿਲਾਂ ਤਾਂ ਅਸੀਂ ਸੁਣੇ ਸੁਣਾਏ ਕੀਤੀ ਕਿਹਾ ਤੁਹਾਡੇ ਵਜਨ ਮੰਨ ਕੇ ਤੇ ਅਸੀਂ ਦੇਖਿਆ ਕਿ ਜਿੱਥੇ ਇੱਕ ਪਾਸੇ ਜਿਹੜੀ ਹੈਗੀ ਆ ਵਾਹ ਕੇ ਵਿੱਚ ਰਲਾ ਕੇ ਪਹਿਲਾਂ ਆਲੂ ਲਾਏ ਤੇ ਮਗਰੋਂ ਮੱਕੀ ਬੀਜੀ ਤੇ ਇੱਕ ਬੰਨੇ ਜਿਹੜਾ ਹੈਗਾ ਵਾ ਅੱਗ ਲਾ ਕੇ ਉਹ ਇੱਕੋ ਹੀ ਖੇਤ ਦੇ ਵਿੱਚ ਉਹਨੂੰ ਵਾਹਿਆ ਇਕੱਠਾ ਪਰ ਜਦੋਂ ਦੇਖਿਆ ਇੱਕ ਹੱਥ ਭਰਦਾ ਜਿਹੜਾ ਹੈਗਾ ਉਹ ਮੱਕੀ ਦੇ ਟਾਂਡਿਆਂ ਦਾ ਫਰਕ ਸੀ ਉਹ ਤਾਂ ਸਾਹਮਣੇ ਦੱਸਦਾ ਵਾ ਰਿਜ਼ਲਟ ਜਿਹੜਾ ਇੱਕ ਵਾਰੀ ਜ਼ਿਮੀਦਾਰ ਇਹ ਗੱਲ ਦੇਖ ਲੂਗਾ ਤੇ ਮੁੜ ਕੇ ਕੋਈ ਕਦੋਂ ਅੱਗ ਲਾਊਗਾ ਨਹੀਂ ਕਦੇ ਵੀ ਨਹੀਂ ਲਾਊਗਾ ਦੂਸਰਿਆਂ ਨੂੰ ਵੀ ਦੱਸੂਗਾ ਸੋ ਇਹਦੇ ਫਾਇਦੇ ਹੀ ਫਾਇਦੇ ਆ ਜ਼ਿਮੀਦਾਰ ਨੂੰ ਜਿੱਦਾਂ ਰਲਾਉਣ ਦੇ ਵਿੱਚ ਫਾਇਦੇ ਮਿਲ ਗਏ ਤੇ ਅਗਲਾ ਕਹੂਗਾ ਮੈਂ ਤਾਂ ਕਮਲਾ ਸੀਗਾ ਮੈਂ ਅੱਗ ਲਾਉਂਦਾ ਰਿਹਾ ਇਹ ਦਿਖਾਏ 70% ਖਾਦ ਮੇਰੀ ਵਾਪਸ ਆ ਗਈ ਇਹ 70% ਖਾਦ ਜ਼ਿਮੀਦਾਰ ਦੀ ਬਚਤੀ ਹੈ ਤੇ ਫਿਰ ਵੀ ਉਹ ਜੇ ਅੱਗ ਲਾਉਂਦਾ ਤੇ ਫਿਰ ਅਸੀਂ ਕਹਿੰਦੇ ਕੋਈ ਸਿਆਣੇ ਸਿਆਣਪ ਤਾਂ ਹੈ ਨੀ ਤੇ ਜੇ ਕੋਈ ਧੱਕੇ ਨਾਲ ਮੈਂ ਲਾਉਣਾ ਰੋਕ ਸਕਦਾ ਰੋਕਣਾ ਭਾਈ ਤੁਹਾਨੂੰ ਕਿਹਨੇ ਤੁਸੀਂ ਆਪਦਾ ਇਨਵਾਇਰਮੈਂਟ ਗੰਦਾ ਰੱਖ ਕਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਹ ਵਧੀਆ ਗੱਲ ਨੀ ਸਾਨੂੰ ਇਹਦੇ ਉੱਤੇ ਮੋਹਰੀ ਬਣਨਾ ਚਾਹੀਦਾ ਤਾਂ ਹੀ ਅਸੀਂ ਬਾਬੇ ਨਾਨਕ ਦੇ ਸਿੱਖ ਤਾਂ ਹੀ ਅਸੀਂ ਰੋਜ਼ ਪੜ੍ਹਦੇ ਪਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਮਹੱਤ ਤੇ ਜੇ ਅਸੀਂ ਇਹਨਾਂ ਚੀਜ਼ਾਂ 'ਤੇ ਚੱਲਦੇ ਨਹੀਂ ਚੱਲ ਤਾਂ ਅਸੂਲਾਂ ਦੇ ਨਾਲ ਹੋਣਾ ਜੀ ਤੋ ਰਾਜਸਥਾਨ ਤੋਂ ਕੋਈ ਸੱਜਣ ਤੁਹਾਨੂੰ ਮਿਲਣ ਆਏ ਸੀਗੇ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਨੂੰ ਇਹ ਗੱਲ ਜ਼ਰੂਰ ਸਵਾਲ ਡਿਸਕਸ ਕਰਿਓ ਕਿ ਬੁੱਢਿਆਂ ਨਾਲਾ ਜਦੋਂ ਸਤਲੁਜ ਦੇ ਵਿੱਚ ਪੈਂਦਾ ਅਤੇ 600 ਕਿਊਸਿਕ ਪਾਣੀ ਉਹ ਦੱਸਦੇ ਸੀਗੇ ਵੀ ਜਿਹੜਾ ਖਰਾਬ ਪੈਂਦਾ ਅਤੇ ਫਿਰ ਰਾਜਸਥਾਨ ਦੇ 7 ਸੂਬਿਆਂ ਤੱਕ ਪਹੁੰਚਦਾ ਅਤੇ ਉਹ ਆਪਾਂ ਪਹਿਲਾਂ ਵੀ ਜਿੱਦਾਂ ਆਪਾਂ ਕਹਿੰਦੇ ਰਹਿੰਦੇ ਕਿ ਉਹ ਬੜਾ ਗੰਦਾ ਹੈ ਜਾਂ ਕੈਂਸਰ ਦਾ ਖੌ ਬਣਦਾ ਉੱਥੋਂ ਜਾ ਕੇ ਅਤੇ ਇਹਨੂੰ ਲੈ ਕੇ ਕੁਛ ਹੋ ਰਿਹਾ ਜੀ ਹੁਣ ਕਿ ਨਹੀਂ ਹੋ ਰਿਹਾ ਕੁਛ ਬਦਲਿਆ ਵਾ ਜਲੰਧਰ ਦੇ ਵਿੱਚ ਕਾਲਾ ਸਿੰਘਾਂ ਡਰੇਨ ਦੇ ਵਿੱਚ ਵੀ ਰੰਗ ਤਾਂ ਕਾਲਾ ਉਹਦਾ ਪਾਣੀ ਤੁਸੀਂ ਭਰ ਕੇ ਦੇਖਿਓ ਉਹਦੀ ਬਦਬੂ ਅੱਗੇ ਕਿੰਨੀ ਆਉਂਦੀ ਸੀ ਤਾਂ ਹੁਣ ਕੀ ਹੈ ਜੀ ਲੁਧਿਆਣੇ ਦਾ ਵੀ ਹੁਣ ਜੇ ਇੱਕ ਥਾਂ ਤੋਂ ਲੁਧਿਆਣਾ ਦਾ ਮਿਊਂਸਪਲ ਕਮੇਟੀ ਇਹ ਪਾਣੀ ਪਾਉਂਦੀ ਆ ਅਤੇ ਜੇ 9 ਸਾਵਾਂ ਤੋਂ ਪੈਂਦਾ 45 ਲੱਖ ਉਹਨਾਂ ਨੂੰ ਮਹੀਨੇ ਦਾ ਇਨਵਾਇਰਮੈਂਟ ਕੰਪਨਸੇਸ਼ਨ ਪੈਂਦਾ ਜੀ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨਾਂ ਨੇ ਹੁਣ ਤੈਅ ਕੀਤੀ ਵੀ ਇਸ ਤੋਂ ਮਗਰੋਂ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਉਹ ਕੋਈ ਅਪੀਲ ਦਲੀਲ ਨਹੀਂ ਹੁਣ ਉਹਦੇ ਉੱਤੇ ਸਾਰਾ ਕੁਛ 100% ਹਟ ਜਾਣਾ ਲੰਬੀ ਲੜਾਈ ਹੋਈ ਆ ਬੜਾ ਟਾਈਮ ਤੇ ਕਿੰਨਾ ਕੁ ਉਹਦੇ ਚਿਰ 'ਚ ਗੰਦਗੀ ਪਾਉਂਦੇ ਰਹੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਰੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਲੋਕ ਜਾਗਰੂਕ ਹੋ ਕੇ ਆਪਣਾ ਸਮਝਣ ਵੀ ਜੇ ਇੱਥੇ ਗਲਤ ਹੋ ਰਿਹਾ ਮੈਂ ਆਵਾਜ਼ ਉਠਾਉਣੀ ਹੈ ਤੇ ਫਿਰ ਇਹ ਸਾਰਾ ਕੁਛ ਬੰਦ ਹੋ ਜਾਊਗਾ ਹੁਣ ਐਨਜੀਟੀ ਕਾਫੀ ਸਖਤ ਹੋ ਰਹੀ ਹੈ ਮਤਲਬ ਇਹਨਾਂ ਦੀ ਉਹ ਸਖਤ ਹੁੰਦੇ ਆ ਮਸਲੇ ਜਿਹੜੇ ਹੁੰਦੇ ਸਾਹਮਣੇ ਲਿਆਉਣੇ ਹੁੰਦੇ ਆ ਕੋਈ ਵੀ ਕਾਨੂੰਨ ਵਾਇਲੇਸ਼ਨ ਹੋ ਰਹੀ ਹੈ ਜੇ ਲੋਕ ਉੱਠ ਕੇ ਮਸਲੇ ਲਿਆਉਂਦੇ ਆ ਤਾਂ ਫਿਰ ਸੁਣੂਗੀ ਬਿਲਕੁਲ ਤੇ ਜਦੋਂ ਨਹੀਂ ਆ ਅਸੀਂ ਉਹ ਚੀਜ਼ ਲੋਕ ਮੰਨ ਲੈਂਦੇ ਵੀ ਠੀਕ ਆ ਗੰਦਾ ਤਾਂ ਗੰਦਾ ਹੀ ਚਾਹੀਦਾ ਤੇ ਉਹ ਵੀ ਕਹਿੰਦੇ ਭਾਈ ਸਾਨੂੰ ਕੀ ਲੋੜ ਨਾ ਪੁਲਿਸ ਵਾਲਿਆਂ ਨੂੰ ਲੋੜ ਨਾ ਦੂਸਰਿਆਂ ਨੂੰ ਉਹਨਾਂ ਕੋਲ ਤਾਂ ਕੰਪਲੇਂਟ ਜਾਊਗੀ ਤਾਂ ਫਿਰ ਬਿਲਕੁਲ ਇਹ ਚੀਜ਼ ਜਿਹੜੀ ਹੈਗੀ ਆ ਲੋਕਤੰਤਰ ਦੇ ਵਿੱਚ ਸਾਡਾ ਫਰਜ਼ ਹੈ ਕਿ ਅਸੀਂ
ਲੋਕਾਂ ਨੂੰ ਸਿਖਾਉਣੀ ਆ ਵੀ ਜੇ ਤੁਹਾਡੇ ਗਲਤ ਆ ਤਾਂ ਇਸ ਨੰਬਰ ਦੇ ਉੱਤੇ ਕੰਪਲੇਂਟ ਕਰੋ ਜੀ, ਇਸ ਨੂੰ ਇਸ ਥਾਂ ਦੇ ਉੱਤੇ ਫੋਨ ਕਰੋ, ਤੁਹਾਨੂੰ ਉਹਦਾ ਜਵਾਬ ਦੇਣਗੇ, ਤੁਹਾਡੀ ਕੰਪਲੇਂਟ ਦਰਜ ਹੋਊਗੀ। ਉਹ ਚੀਜ਼ਾਂ ਵੀ ਆਪਾਂ ਕਰਵਾਉਣੀਆਂ। ਬਿਲਕੁਲ, ਸੀਚੇਵਾਲ ਮਾਡਲ 2 ਮੈਂ ਪਿਛਲੇ ਦਿਨ ਹੀ ਵੇਖ ਕੇ ਆਇਆ, ਅਮਰੀਕ ਸਿੰਘ ਸੰਧੂ ਹੁਣਾਂ ਨਾਲ ਗੱਲ ਹੋ ਰਹੀ ਸੀ, ਤਲਵੰਡੀ ਮਾਧੋ ਅਸੀਂ ਕਵਰ ਕਰਕੇ ਆਏ ਹਾਂ, ਬਹੁਤ ਵਧੀਆ ਪ੍ਰੋਜੈਕਟ ਆ ਸੀਚੇਵਾਲ ਮਾਡਲ 2। ਪੰਜਾਬ ਦੇ ਹੋਰ ਕਿਹੜੇ ਪਿੰਡ ਨੇ ਜਿਹੜੇ ਗਾਂਹ ਤੁਹਾਡੇ ਤੱਕ ਆ ਰਹੇ ਵੀ ਸਾਡੇ ਪਿੰਡਾਂ ਦੇ ਵਿੱਚ ਵੀ ਮਾਡਲ ਲਾਓ, ਜਾਂ ਪੰਜਾਬ ਸਰਕਾਰ ਵਿਸ਼ੇਸ਼ ਤੌਰ 'ਤੇ ਪਿੱਛੇ ਜੇ ਐਲਾਨ ਵੀ ਕਰ ਰਹੇ ਸੀ, ਸਕੀਮਾਂ ਬਣ ਰਹੀਆਂ ਸੀ ਕਿ ਸੀਚੇਵਾਲ ਮਾਡਲ ਅਸੀਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਲਾਗੂ ਕਰਨਾ, ਅਤੇ ਕੀ ਵਿਉਂਤਮੰਦੀ ਕੁਛ ਹੈ ਉਹਦੇ ਵਿੱਚ? ਸੀਚੇਵਾਲ ਮਾਡਲ ਜਿਹੜਾ ਹੈਗਾ ਜੀ ਬਣਿਆ ਹੋਇਆ, ਉਹ ਅਸੀਂ ਸੋਧਾ ਵੀ ਬਣਾਉਂਦੇ ਹਾਂ ਜਿਹੜਾ ਸਾਡੇ ਕੋਲ ਬਣਵਾਵੇ ਜੀ, ਅਤੇ ਜਿਹੜਾ ਸਰਕਾਰ ਨੇ ਉਹਨੂੰ ਜਿਹਨੂੰ ਥਾਪਰ ਮਾਡਲ ਕਹਿੰਦੇ ਉਹ ਸੀਚੇਵਾਲ ਮਾਡਲ ਹੀ ਹੈ ਜੀ, ਕਿਉਂਕਿ ਸਾਡੇ ਕੋਲ ਸਾਡੇ ਤਾਂ 20 ਸਾਲ ਦਾ ਬਣਿਆ ਹੋਇਆ। ਬਿਲਕੁਲ, ਅਤੇ ਉਹ ਤਾਂ ਕਹਿੰਦੇ ਬਾਬਾ ਜੀ ਇਹ ਜਿਹੜਾ ਹੈਗਾ ਅਸੀਂ ਤੁਹਾਨੂੰ ਇਹਨੂੰ ਇਹ ਜਿਹੜਾ ਡਿਜ਼ਾਇਨ ਤੁਹਾਡਾ ਵਰਤ ਲਈਏ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਉਹ ਕਿ ਭਰਾਵਾ ਲੋਕਾਂ ਤੱਕ ਜਾਣਾ ਚਾਹੀਦਾ, ਅਸੀਂ ਭਲਾ ਹੋਣਾ ਚਾਹੀਦਾ, ਭਲਾ ਹੋਣਾ ਚਾਹੀਦਾ, ਅਤੇ ਉਹ ਸਾਰਾ ਕੁਛ ਉਹਨਾਂ ਨੇ ਉਹ ਜਿਹੜਾ ਸਾਡੇ ਕੋਲ ਲਿਖਵਾ ਕੇ ਵੀ ਲਿਆ ਹੈਗਾ, ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ। ਅੱਛਾ, ਅਤੇ ਪਰ ਜਿਹੜਾ ਹੈਗਾ ਸੀਚੇ ਉਹ ਤਾਂ ਹੈਗਾ 20 ਸਾਲ ਪਹਿਲਾਂ ਤਾਂ ਬਣਿਆ ਹੋਇਆ, ਅਤੇ ਉਹੀ ਆ, ਕਿਉਂਕਿ ਹੋਰ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਕਹਿੰਦੇ ਨਾ ਵੀ ਕੋਈ ਚੀਜ਼ ਅਸੀਂ ਰਾਹ ਦਿਖਾਇਆ, ਇਹ ਤੋਂ ਵਧੀਆ ਵੀ ਹੋਰ ਹੋ ਸਕਦਾ। ਸੁਲਤਾਨਪੁਰ ਲੋਧੀ ਨੂੰ ਲੈ ਕੇ ਰੇਲਵੇ ਸਟੇਸ਼ਨ ਵੀ ਤੁਸੀਂ ਅਡੋਪਟ ਕੀਤਾ ਸੀ, ਕਾਲੀ ਵੇਈ ਦੀ ਨੁਹਾਰ ਵੀ ਬਦਲ ਰਹੇ ਹੋ, ਬਹੁਤ ਸਾਰੇ ਪ੍ਰੋਜੈਕਟ ਚੱਲਦੇ ਰਹਿੰਦੇ ਆ, ਹੋਰ ਲੂਪ ਦੇ ਵਿੱਚ ਇੱਦਾਂ ਦਾ ਕੀ ਹੈ ਸੁਲਤਾਨਪੁਰ ਲੋਧੀ 'ਚ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਇਹ ਕਾਰਜ ਜਿਹੜਾ ਸੇਵਾ ਮੰਗਦਾ? ਅਸੀਂ ਤਾਂ ਹਮੇਸ਼ਾ ਹੀ ਤਿਆਰ ਹਾਂ, ਅਤੇ ਕਿਤੇ ਉਹਨੂੰ ਮਾਲਕ ਡਾਇਰੈਕਸ਼ਨ ਦਿੰਦਾ ਜੀ ਅਤੇ ਉੱਥੇ ਉਹਨੂੰ ਦੌੜ ਜਾਣਾ, ਜਿੱਦਾਂ ਫਾਇਰ ਬ੍ਰਿਗੇਡ ਵਾਲੇ ਖੜ੍ਹੇ ਹੁੰਦੇ ਆ, ਇਸ਼ਾਰਾ ਕਿਤੇ ਉਹਨੂੰ ਮਿਲਦਾ, ਜਿੱਥੇ ਵੀ ਕੋਈ ਫੋਨ ਆ ਜਾਂਦਾ ਕੋਈ ਸਮਾਜ ਦੇ ਵਿੱਚ। ਬਾਕੀ ਆਹ ਜਿੰਨੇ ਚੱਲਦੇ ਆ ਸੇਵਾ, ਪਲਾਂਟੇਸ਼ਨ ਦਾ, ਐਜੂਕੇਸ਼ਨ ਦਾ, ਹੋਰ ਰਸਤਿਆਂ ਦਾ, ਆਹ ਮੌਕੇ 'ਤੇ ਜਿੱਦਾਂ ਹੜ੍ਹ ਆ ਗਿਆ, ਜੋ ਕੁਛ ਵੀ ਹੈ ਸਮੇਂ ਦੇ ਹਾਲਾਤਾਂ ਅਨੁਸਾਰ ਅਸੀਂ ਕੀ ਸੇਵਾ ਕਰ, ਸੇਵਾ ਦਾ ਅਰਥ ਹੀ ਇਹ ਹੁੰਦਾ ਕਿ ਕਿੱਥੇ ਕੀ ਕਿਹਨੂੰ ਲੋੜ ਆ, ਕਿੰਨੀ ਲੋੜ ਆ, ਕਿਵੇਂ ਅਸੀਂ ਸੇਵਾ ਕਰ ਸਕਦੇ ਹਾਂ, ਇਹਦੇ ਵਾਸਤੇ ਟੂਲ ਬਣਾ ਕੇ ਨਹੀਂ, ਇਹ ਤਾਂ ਸਾਨੂੰ ਸਦਾ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਅਤੇ ਅਸੀਂ ਹਮੇਸ਼ਾ ਤਿਆਰ ਹਾਂ। ਸਹੀ ਹੈ ਜੀ। ਤੋ ਕਾਲੀ ਵੇਈ ਦੇ ਵਿੱਚ ਹੁਣ ਪਾਣੀ ਦਾ ਹੈ ਕਿਤੋਂ ਜੀ, ਕਿ ਜਿਹੜਾ ਗੰਦਾ ਪੈ ਰਿਹਾ ਕਿ ਨਹੀਂ, ਸਾਰਾ ਕੁਛ ਸਾਫ਼ ਹੋ ਗਿਆ ਹੁਣ? ਪਾਣੀ ਹਜੇ ਪੈ ਰਿਹਾ ਆਪਣੇ ਭਲਾਣੇ ਦੀਆਂ ਕਲੋਨੀਆਂ ਦਾ। ਅੱਛਾ ਜੀ। ਮੇਨ ਬਾਕੀ ਸਿੱਧੇ ਰੂਪ ਵਿੱਚ ਕੁਛ ਇੱਕ ਦੋ ਪਿੰਡ ਹੋ ਸਕਦੇ। ਇਹਨਾਂ ਦਾ ਕਾਰਨ ਕੀ ਆ ਭਲਾਣੇ ਦਾ? ਉਹਨਾਂ ਦਾ ਉਹ ਕਈ ਮਹੀਨੇ ਜਿਹੜੇ ਹੈਗੇ ਆ, 5 ਸਾਲਾਂ 'ਚ ਤਾਂ ਕੋਈ ਕੰਮ ਉੱਥੇ ਹੋਇਆ ਨਹੀਂ, ਵੇਈ ਨਾਲ ਜੁੜਿਆ ਕੰਮ ਤਾਂ ਕੋਈ ਨਹੀਂ ਹੋਇਆ। ਓਕੇ, ਅਤੇ ਸਰਕਾਰ ਦੀ ਬੇਰੁਖੀ ਰਹੀ ਹੈ, ਪ੍ਰਸ਼ਾਸਨ ਤਾਂ ਸਰਕਾਰ ਦੇ ਮਗਰ ਹੀ ਹੁੰਦਾ, ਜਦੋਂ ਸਰਕਾਰ ਕਹਿੰਦੀ ਹੈ ਇਹ ਕੰਮ ਨਹੀਂ ਕਰਨਾ ਜੀ, ਪ੍ਰਸ਼ਾਸਨ ਕਿਉਂ ਕਰੂਗਾ? ਅਸੀਂ ਬੇਰ ਸਾਹਿਬ ਦੇ ਲਾਗੇ ਵੀ ਦੇਖ ਰਹੇ ਸੀ, ਜਿੱਥੇ ਪੁਲ ਬਣਿਆ ਲੋਹੇ ਵਾਲਾ, ਉਹਦੇ ਲਾਗੇ ਵੀ ਇੱਕ ਪਾਇਪ ਆ ਰਿਹਾ ਵੇਈ ਦੇ ਵਿੱਚ, ਉਹ ਕਿਹੜਾ ਜੀ? ਉਹ ਟ੍ਰੀਟ ਨਹੀਂ, ਪਾਇਪ ਤਾਂ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਗੁਰੂ ਘਰ ਦਾ, ਉਹ ਪਾਣੀ ਆ ਰਿਹਾ ਜੀ, ਉਹ ਪਾਣੀ ਨੂੰ ਜੋੜਨਾ ਚਾਹੀਦਾ ਸੀਵਰੇਜ ਦੇ ਨਾਲ, ਉਹ ਪਤਾ ਨਹੀਂ ਮੌਕੇ 'ਤੇ ਉਸ ਵੇਲੇ ਈ ਓ ਵੀ ਆ ਕੇ ਉਹ ਕਹਿੰਦੇ ਸੀ ਕਿ ਵੀ ਅਸੀਂ ਜੋੜਾਂਗੇ, ਪਰ ਹੋਇਆ ਨਹੀਂ, ਜੋੜਿਆ ਨਹੀਂ ਉਹਨੂੰ, ਉਹਦਾ ਜਵਾਬ ਤਾਂ ਈ ਓ ਸਾਹਿਬ ਦੇ ਸਕਦੇ ਆ ਜੇ ਉਹਨਾਂ ਕੋਲ ਪੁੱਛਿਆ ਜਾਵੇ, ਜਾਂ ਬਾਬਾ ਜੀ ਦੇ ਸਕਦੇ। ਸਹੀ ਗੱਲ, ਕਿਉਂਕਿ ਇਹ ਪਾਣੀ ਗਾਂਹ ਜਾ ਕੇ ਫਿਰ ਇਹ ਵੀ ਤਾਂ ਰਾਜਸਥਾਨ ਵਾਲੇ ਪਾਸੇ ਨੂੰ ਜਾਂਦਾ ਹੀ ਆ ਸਾਰੇ ਪਾਣੀ ਤਾਂ ਕਿਤੇ ਵੀ ਨਹੀਂ ਸਾਨੂੰ ਚਾਹੀਦੇ ਨਹੀਂ ਗਾ ਪ੍ਰਦੂਸ਼ਿਤ ਕਰਨ, ਜੇ ਸਾਫ਼ ਗੰਦਾ ਪਾਣੀ ਤਾਂ ਪਾਉਣਾ ਨਹੀਂ ਚਾਹੀਦਾ। ਹਾਂ, ਜੇ ਜਿੱਦਾਂ ਹੁਣ ਉਹ ਬੇਰ ਸਾਹਿਬ ਦੇ ਨੇੜੇ ਪਾਣੀ ਪੈ ਰਿਹਾ ਜੀ, ਉਹ ਪਾਣੀ ਬਿਲਕੁਲ ਲੰਗਰ ਦਾ, ਉਹਦੇ ਵਿੱਚ ਕੋਈ ਦੂਸਰਾ ਪਾਣੀ ਨਹੀਂ ਗਾ ਜੀ, ਉਹਦੇ ਵਿੱਚ ਕੁਛ ਥੋੜ੍ਹਾ ਬਹੁਤਾ ਖਾਣ ਪੀਣ ਨਾਲ ਰਲਿਆ ਹੁੰਦਾ, ਉਹ ਪਾਣੀ ਜੀਵਾਂ ਦੇ ਕੰਮ ਆ ਜਾਂਦਾ। ਓਕੇ, ਪਰ ਜਦੋਂ ਅਸੀਂ ਉਹ ਵਿੱਚ ਗੰਦਗੀ ਜਾਂ ਹੋਰ ਪਿਸ਼ਾਬ ਆ ਜਾਂਦਾ ਜੀ ਜਾਂ ਹੋਰ ਕੁਛ ਆ, ਉਹ ਫਿਰ ਅੱਗੇ ਜਿਹੜਾ ਹੈਗਾ ਉਹ ਨਹਾਉਣ ਵਾਲਾ ਜੋ ਲੰਘਣ ਵਾਲਾ ਉਹਨਾਂ ਵਾਸਤੇ ਵੈਸੇ ਤਾਂ ਕੋਈ ਵੀ ਜਿਹੜਾ ਹੈਗਾ ਪਾਣੀ ਨਹੀਂ ਪੈਣਾ ਚਾਹੀਦਾ, ਕਿ ਸੰਗਤਾਂ ਨੇ ਨਹਾਉਣਾ, ਉਦੋਂ ਜਦੋਂ ਘਾਟਾਂ ਤੋਂ ਅੱਗੇ ਜਾ ਕੇ ਅਸੀਂ ਪਾ ਸਕਦੇ ਹਾਂ, ਪਿੱਛੇ ਨਹੀਂ ਪਾਉਣਾ ਚਾਹੀਦਾ। ਬਾਬੇ ਨਾਨਕ ਦਾ ਪਿੰਡ ਬਣਾਉਣ ਦੀ ਗੱਲ ਹੋ ਰਹੀ ਸੀ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਜੀ, ਉਹਦਾ ਦੇਖਿਆ ਕੁਛ ਤੁਸੀਂ? ਸਾਹਿਬ ਜੋ ਜੇ ਤਾਂ ਤੂੰ ਬਾਹਰੋਂ ਆਇਆ ਹੋਵੇ, ਤੂੰ ਦੇਖ ਕੇ ਆ ਤਾਂ ਵੀ ਕਿੱਥੇ ਆ ਗਿਆ ਬਣਿਆ ਹੋਇਆ, ਕਿੰਨਾ ਕੁ ਬਣਿਆ ਹੋਇਆ ਸਾਨੂੰ ਵੀ ਦਿਖਾ ਦਿਓ ਜੀ, ਕਿਉਂਕਿ ਅਸੀਂ ਝਾੜੂ ਦੇਣ ਉੱਥੇ ਰਸਤਾ ਬਣਾਉਣ ਫੁੱਲ ਗੁੱਡਣ ਦੇ ਹੀ ਜਾਂਦੇ ਹਾਂ, ਅਸੀਂ ਅਜੇ ਤੱਕ ਨਾ ਕਿਸੇ ਕੋਲ ਸੁਣਿਆ ਵੀ ਇੱਥੇ ਪਿੰਡ ਬਣਿਆ ਜੀ, ਅਤੇ ਨਾ ਹੀ ਕਿਤੇ ਜਗ੍ਹਾ ਦੇਖੀ ਵੀ ਇੱਥੇ ਬਣਨਾ
हाँ उदा कोई कोई कही जाए तो सानू कोई परिवर्तन भी नहीं दिशा जो जी गोभी अगे लगती सी ओहो जी गोभी लगी हुई है हूँ गाजर भी जी अगे गोभी से इन्ना फर्क पे तो कुल मिला के जड़िया तैयारियां पिछले साल जिन्नी हो गई उथे का उथे ही काम रुकया पाया नहीं पिछले साल तो कुछ भी नहीं हुई है पिछले तो पिछले साल 550 साल से जो कुछ होया हाँ वो भी जरा बहर टेंट सेंट वगैरह लगा के बहुत कुछ तो बहुत सारे सज्जन मैंने भी फोन कर रहे थे कि इस बार भी कुछ रहने का बड़ा इंतजाम है अगे जिन्ना पूरा पूरा हाँ क्योंकि तुसी ता 2019 दे विच मनाया गया उस तो कई साल पहला लग पे थी हुण भी जिन्ना 19 सी जी जिन्ना 20 चा जिन्ना 21 चा ओदू भी ज्यादा रोटी पानी चुकाना इना चाह पानी पिना अपनी कोठिया बिठाना जो सकते सुना क्योंकि असि तो जो संगत हर साल आना असि बनिया हुई कोठिया नूज करिए बिल्कुल क्योंकि बहुत बहुत नाले साडा भाईचारक सांझ वरतूंगे जी आ पिछले साल कोविड करके ना ही किसी नु इतना ज्यादा गया क्योंकि हर एक जड़ा सिका छटा को आया सी जी दुनिया भर दे विच पर मारे ने लख लख बधाई देने जेडे कोरोना तो बच के बाहर निकले क्योंकि उस एहो जे हुआ सी कोई कहंदे जे मर गए फिर एहो जे कोरोना वरगा मरना सारिया चीजा जुड़िया बाबा जी कुदरत दे नाल ही है ते किते ना किते आपां आके फिर ओही गल कह दिंदे आ हां बलहारी कुदरत वसिया कुदरत दे नेड़े जावांगे उहनां ने जिहदा ना बापू ने रहमता उहनां सारिया खोल देणियां ਜਦੋਂ ਕਿਉਂਕਿ ਜਿਸ ਦੇ ਬੇਈ ਦੇ ਕੰਢੇ ਆਣ ਕੇ ਉਹਨਾਂ ਕੋਲ ਆਪਾਂ ਦਾਤਾ ਮੰਗਦੇ ਹਾਂ ਅਰਦਾਸ ਕਰਦੇ ਬਿਲਕੁਲ ਤੇ ਜੇ ਅਸੀਂ ਇਹਦੇ ਵਿੱਚ ਆ ਕੇ ਕੂੜਾ ਸੱਟਾਂਗੇ ਤਾਂ ਬਾਬੂ ਜਬੜੇ ਮਾਰੂਗਾ ਕਿ ਹਾਰ ਪਾਊਗਾ ਬਿਲਕੁਲ ਸੋ ਅਸੀਂ ਉਲਟ ਕੀਤਾ ਗੁਰੂ ਦੀ ਸਿੱਖਿਆਵਾਂ ਤੋਂ ਉਲਟ ਕੀਤਾ ਜੀ ਤੇ ਗੁਰੂ ਦੇ ਇਸੇ ਕਰਕੇ ਬਹੁਤ ਦੁੱਖ ਵੀ ਭੋਗਿਆ ਜੋ ਦੁੱਖ ਭੋਗਿਆ ਪੰਜਾਬ ਨੇ ਬਿਲਕੁਲ ਜੀ ਤੁਸੀਂ ਜਦੋਂ ਤੋਂ ਲਾ ਲਓ ਪਾਣੀ ਗੰਦੇ ਕਰਨੇ ਸ਼ੁਰੂ ਕੀਤੇ ਤੇ ਜਦੋਂ ਤੇ ਸਾਰਾ ਕੁਛ ਹੁਣ ਮਹਾਰਾਜ ਨੇ ਬੜੀ ਕਿਰਪਾ ਸ਼ਾਂਤੀ ਹੈ ਸਕੂਨ ਆਵੇ ਕਿ ਅਸੀਂ ਹੋਰ ਬਹੁਤ ਕੁਛ ਕਈ ਤਰ੍ਹਾਂ ਨਸ਼ਿਆਂ ਦੇ ਨਾਲ ਮਰ ਰਹੇ ਹਾਂ ਜੀ ਪਰ ਬਹੁਤ ਕੁਛ ਜਿਹੜਾ ਹੈਗਾ ਸ਼ਾਂਤੀ ਸਾਡੇ ਪੰਜਾਬ ਨੂੰ ਮਿਲੀ ਬਿਲਕੁਲ ਪਰ ਪਾਣੀਆਂ ਦੇ ਵਿੱਚ ਬਾਬਾ ਜੀ ਕਿਉਂਕਿ ਤੁਸੀਂ ਇਨਵਾਇਰਮੈਂਟ ਨਾਲ ਬੜੇ ਚਿਰ ਤੋਂ ਲਿੰਕਡ ਹੋ ਤੁਹਾਡਾ ਤਾਂ ਕੰਮ ਹੀ ਇਹ ਵਿੱਚ ਰਹਿੰਦੇ ਹੋ ਪੰਜਾਬ ਦੇ ਪਾਣੀਆਂ ਦੀ ਹੁਣ ਦਸ਼ਾ ਕੀ ਹੈ ਅੱਗੇ ਨਾਲੋਂ ਕਿੰਨਾ ਕੁ ਸੁਧਾਰ ਹੋ ਰਿਹਾ ਸਾਰੀਆਂ ਚੀਜ਼ਾਂ ਨਾਲ ਪਾਣੀਆਂ ਇੱਕ ਇਹਦਾ ਤੁਸੀਂ DDS ਦੇਖ ਸਕਦੇ ਹਾਂ ਬਿਲਕੁਲ ਆਪਾਂ ਅਸੀਂ ਅਸੀਂ ਭਾਰਤ ਇੱਕ ਭਾਰ ਅਸੀਂ ਪੀ ਕੇ ਦਿਖਾ ਦਿੰਦੇ ਜੀ ਹੋਰ ਇਹਦੂ ਪ੍ਰਮਾਣ ਦਾ ਕੀ ਹੋ ਸਕਦੀ ਹੈ ਤੇ ਬਾਕੀ ਜਿਹੜੀ ਹੈਗੀ ਹੈ ਦੂਸਰੀਆਂ ਦੀ ਉਹ ਚੈੱਕ ਜਿਹੜੀ ਹੈਗੀ ਹੈ ਪੋਲੂਸ਼ਨ ਕੋਲ ਦੀ ਰਿਪੋਰਟ ਆ ਇਹਦਾ TDS TDS ਫੇਰ ਦੇਖ ਲਓ ਬਈ ਲੱਗ ਵੀ ਲਓ ਹੁਣ ਇਹਦਾ TDS ਦੇਖ ਲਓ ਯੋਗ ਮੰਨਿਆ ਗਿਆ ਪਰ ਇਹਦੇ ਵਿੱਚ ਡਿੱਗ ਕੀ ਰਿਹਾ ਇਹਦੇ ਵਿੱਚ ਕੀ ਹੈ ਕਿ ਜਿਹੜੇ ਘੁਲੇ ਹੋਏ ਦਾਤਾ ਜੀ ਦੇ ਦੇਹ ਨਹੀਂ ਰਹੇ ਪਰ ਜਦੋਂ ਇਹਨੂੰ ਅਸੀਂ ਇਹ ਤਾਂ ਸਮਝ ਲਓ ਵੀ ਛੇਤਲੀ ਸਭ ਤੋਂ ਹੈਲਦੀ ਬਾਣੀ ਹੈ 150 ਤੱਕਰ ਦਾ TDS ਹੋਣਾ ਚਾਹੀਦਾ 150 ਤੱਕਰ ਕਿਉਂਕਿ ਜੇ ਅਸੀਂ ਸਾਰਾ ਇਹਨੂੰ ਕਹਿੰਦੇ ਹੁੰਦੇ ਨਾ ਵੀ ਕੱਢ ਦਈਏ ਫਿਰ ਤਾਂ ਕੁਛ ਦਰਦ ਸਾਨੂੰ ਚਾਹੀਦੇ ਆ ਪਾਣੀ ਚੋਂ ਵੈਸੇ ਜਿਹੜਾ ਘਰਾਂ 'ਚ ਆਪਾਂ ਨਲਕਿਆਂ ਮੋਟਰਾਂ ਨਾਲ ਕੱਢਦੇ ਹਾਂ ਉਹ 200-300 ਪਲੱਸ ਮਾੜਾ ਨਹੀਂ ਮਾੜਾ ਨਹੀਂ ਜੇ ਥੱਲੇ ਉਹਦੇ ਵਿੱਚ ਹਾਨੀਕਾਰਕ ਦਰਦ ਨਹੀਂ ਤੇ ਉਹ ਮਾੜਾ ਨਹੀਂ ਬਹੁਤ ਵਧੀਆ ਪਰ ਇਹ ਵੇਈ ਦੇ ਵਿੱਚ ਸਾਇੰਟੀਫਿਕ ਜਿਹੜੇ ਫਿਲਟਰ ਲੱਗੇ ਨੇ ਨੈਚੁਰਲ ਲੱਗੇ ਨੇ ਉਹ ਬਹੁਤ ਕਮਾਲ ਹੈ ਆਪਾਂ ਕਾਈ ਦੀ ਗੱਲ ਕਰ ਰਹੇ ਸੀ ਵੀ ਕਾਈ ਜਿਹੜੀ ਆਲਰੇਡੀ ਫਿਲਟਰ ਕਰਦੀ ਹੈ ਪਾਣੀ ਨੂੰ ਜਿਹਨੂੰ ਐਲਗੀ ਕਹਿੰਦੇ ਐਲਗੀ ਕਹਿੰਦੇ ਆ
ਵੀ ਉਹ ਇੱਕ ਕੁਦਰਤ ਦਾ ਆਪਣਾ ਜਿਹੜਾ ਬੰਦੇ ਦੇ ਮੈਨ ਮੇਡ ਨੇਗਾ ਤੇ ਉਹ ਇਸ ਵੇਈ ਚ ਸਾਰੀਆਂ ਵੇਈਆਂ ਚ ਨਹੀਂ ਹੁੰਦਾ ਜੇ ਇਹਦਾ ਫਲਾ ਤੇਜ਼ ਹੋਵੇ ਨਾ ਫਿਰ ਨਹੀਂ ਹੋਣਾ ਉੱਥੇ ਬਹਿ ਜਾਣਾ ਉਹ ਨਾਲ ਉਹਨੇ ਰਾਹ ਬਣਾਉਣਾ ਇਹਦਾ ਇੱਕ ਫਲੋ ਬਹੁਤ ਘੱਟ ਲੈਵਲ ਤੇ ਹੁੰਦਾ ਇਹਨੂੰ ਇਹੋ ਜਿਹੇ ਚਾਂਸ ਕਿਉਂਕਿ ਹਰ ਇਸੇ ਕਰਕੇ ਹਰ ਵੇਈ ਦੀ ਇਹਦੇ ਵਿੱਚ ਕਿਹੜੀਆਂ ਮੱਛੀਆਂ ਕਿੱਦਾਂ ਦਾ ਪਾਣੀ ਕੀ ਹੈ ਕਿਹੜੀ ਚੀਜ਼ ਹੋਣੀ ਆ ਉਸੇ ਦੇ ਹਰ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਜਿਹੜੀ ਚਿੱਟੀ ਵੇਈ ਸੀ ਉਹ ਵੇਗ ਵਿੱਚ ਵਗਦੀ ਸੀ ਥੱਲੇ ਨੂੰ ਪਾਣੀ ਆਉਂਦਾ ਸੀ ਤੇ ਉਹਦੇ ਵਿੱਚ ਧਰਤੀ ਦੀ ਨਹੀਂ ਸੀ ਇਹਦਾ ਪਾਣੀ ਬੜਾ ਫਲੋ ਪਹਿਲਾਂ ਹੀ ਘੱਟ ਆ ਤੇ ਹੁਣ ਜਿਹੜਾ ਪਾਣੀ ਚੱਲਣ ਦੇ ਨਾਲ ਇਹਦੀ ਹੁਣ ਇੱਕ ਨੁਹਾਰ ਬਦਲ ਗਈ ਬਿਲਕੁਲ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੀ 52ਵੇਂ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਅਤੇ ਸਾਰਿਆਂ ਨੂੰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਵਧਾਈ ਅਤੇ ਅਰਦਾਸ ਕਰਦੇ ਹਾਂ ਵੀ ਉਹ ਵੀ ਖੋਲ੍ਹਦੇ ਬਾਬੇ ਲਾਂਘੇ ਜਿਹੜੇ ਲਾਂਘੇ ਰਹਿ ਗਏ ਆ ਉਹ ਵੀ ਖੁੱਲ੍ਹ ਜਾਣ ਅਤੇ ਸੰਗਤਾਂ ਲਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾ ਸ੍ਰੀ ਅਕਾਲ।